27 ਜਨਵਰੀ ਸੰਨ 1880 ਇਸ ਦਿਨ ਥੌਮਸ ਐਡੀਸਨ ਨੇ ਬਿਜਲੀ ਨਾਲ ਚੱਲਣ ਵਾਲੇ ਲੈਂਪ ਨੂੰ ਆਪਣੇ ਨਾਂ ਉੱਤੇ ਪੇਟੈਂਟ ਕਰਵਾਇਆ। ਅੱਜ ਦੇ ਹੀ ਦਿਨ ਸੰਨ 1926 ਵਿੱਚ ਸਕਾਟਿਸ਼ ਵਿਗਿਆਨੀ ਜੌਹਨ ਲੋਗੀ ਬੇਅਰਡ ਨੇ ਟੈਲੀਵਿਜ਼ਨ ਨੂੰ ਦੁਨੀਆ ਸਾਹਮਣੇ ਪ੍ਰਦਰਸ਼ਿਤ ਕੀਤਾ। ਉਸ ਸਮੇਂ ਇਸ ਨੂੰ ਟੈਲੀਵਾਈਜ਼ਰ ਦਾ ਨਾਂ ਦਿੱਤਾ ਗਿਆ। ਇਸੇ ਹੀ ਦਿਨ ਸੰਨ 1970 ਵਿੱਚ ਵੈਟੀਕਨ ਸਰਕਾਰ ਨੇ ਰੋਮਨ ਕੈਥੋਲਿਕ ਚਰਚ ਦੁਆਰਾ ਮਹਿਲਾ ਪਾਦਰੀਆਂ ਉੱਤੇ ਲਗਾਈ ਪਾਬੰਦੀ ਦੀ ਹਮਾਇਤ ਕੀਤੀ। ਸਾਲ 2002 ਦੀ 27 ਜਨਵਰੀ ਨੂੰ ਨਾਈਜੀਰੀਆ ਦੇ ਲੈਗੋਸ ਸ਼ਹਿਰ ਵਿਖੇ ਸਥਿਤ ਫੌਜੀ ਬੇਸ ਵਿੱਚ ਪਏ ਬਰੂਦ ਨੂੰ ਅੱਗ ਲੱਗ ਗਈ। ਇਸ ਹਾਦਸੇ ਦੌਰਾਨ 1000 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 20,000 ਲੋਕ ਜ਼ਖਮੀ ਹੋ ਗਏ। 27 ਜਨਵਰੀ ਸਾਲ 2010 ਇਸ ਦਿਨ ਸੈਨ ਫਰਾਂਸਿਸਕੋ ਵਿਖੇ ਸਟੀਵ ਜੌਬਸ ਨੇ ਪਹਿਲੇ ਐਪਲ ਆਈਪੈਡ ਦਾ ਪ੍ਰਦਰਸ਼ਨ ਕੀਤਾ।